ਇੱਕ ਸਤਿਕਾਰਯੋਗ ਸ਼ਖਸੀਅਤ ਮਾਤਾ ਗੁਰਮੇਜ ਕੌਰ ਸੁਪਤਨੀ ਸਰਦਾਰ ਗੁਰਮੇਲ ਸਿੰਘ ਕੰਗੂ ਬੀਤੇ ਦਿਨੀ ਪਰਮਾਤਮਾ ਪਾਸੋਂ ਬਖਸ਼ੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਮਾਤਾ ਗੁਰਮੇਜ ਕੌਰ ਦਾ ਜਨਮ ਆਜ਼ਾਦੀ ਘੁਲਾਟ ਬਾਬਾ ਬਾਲ ਸਿੰਘ ਉੱਪਲ ਪਰਿਵਾਰ ਦੇ ਨੰਬਰਦਾਰ ਜੋਗਿੰਦਰ ਸਿੰਘ ਉੱਪਲ ਦੇ ਘਰ ਪਿੰਡ ਬੀਰ ਪਿੰਡ ਜ਼ਿਲ੍ਹਾ ਜਲੰਧਰ ਵਿਖੇ ਹੋਇਆ ਅਤੇ ਦੋ ਭਰਾਵਾਂ ਦੀ ਇਕਲੌਤੀ ਛੋਟੀ ਭੈਣ ਹੋਣ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਬਹੁਤ ਹੀ ਚਾਵਾਂ ਨਾਲ ਹੋਇਆ। ਉਹਨਾਂ ਦੀ ਸ਼ਾਦੀ ਚੰਨਣ ਸਿੰਘ ਪੰਗੂ ਪਰਿਵਾਰ 'ਚ ਪੰਜ ਭਰਾਵਾਂ ਵਿੱਚ ਸਭ ਤੋਂ ਵੱਡੇ ਬੇਟੇ ਗੁਰਮੇਲ ਸਿੰਘ ਨਾਲ ਹੋਈ। ਉਹਨਾਂ ਨੂੰ ਪੇਕਿਆਂ ਦੇ ਉੱਪਲ ਪਰਿਵਾਰ ਵਿੱਚ ਚੰਗੇ ਸੰਸਕਾਰ ਮਿਲਣ ਨਾਲ ਆਪ ਦਾ ਸੁਭਾਅ ਹਸਮੁੱਖ ਅਤੇ ਮਿਲਾਪੜਾ ਸੀ, ਜਿਸ ਕਰਕੇ ਉਹਨਾਂ ਸਾਰੇ ਪਰਿਵਾਰ ਨੂੰ ਇੱਕੋ ਲੜੀ ਵਿੱਚ ਪਰੋ ਕੇ ਰੱਖਣ ਦਾ ਅਹਿਮ ਯੋਗਦਾਨ ਪਾਇਆ। ਉਹਨਾਂ ਦੀ ਫੁਲਵਾੜੀ 'ਚ ਦੋ ਬੇਟੇ ਅਤੇ ਇੱਕ ਬੇਟੀ ਨੂੰ ਵਧੀਆ ਸੰਸਕਾਰ ਦੇ ਕੇ ਸਮਾਜ ਦੇ ਹਾਨੀ ਬਣਾਇਆ। ਮਾਤਾ ਗੁਰਮੇਜ ਕੌਰ ਸੰਖੇਪ ਬਿਮਾਰੀ ਪਿੱਛੋਂ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ। ਮਾਤਾ ਗੁਰਮੇਜ ਕੌਰ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਪੁੱਤਰ ਬਲਜਿੰਦਰ ਸਿੰਘ, ਨੂੰਹ ਬਲਵੀਰ ਕੌਰ, ਸਪੁੱਤਰ ਕੁਲਵੰਤ ਸਿੰਘ, ਨੂੰਹ ਸਵਰਗੀ ਪਰਮਜੀਤ ਕੌਰ, ਸਪੁੱਤਰੀ ਜਸਵਿੰਦਰ ਕੌਰ, ਦਾਮਾਦ ਗੁਰਪਾਲ ਸਿੰਘ ਸੰਧੂ ਅਤੇ ਸਮੂਹ ਪੰਗੂ ਅਤੇ ਉੱਪਰ ਪਰਿਵਾਰ ਨੂੰ ਛੱਡ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਰੱਖੇ ਗਏ ਸਹਿਜਪਟ ਸਾਹਿਬ ਦੇ ਪਾਠ ਦੇ ਭੋਗ 25 ਜੂਨ 2017 ਦਿਨ ਐਤਵਾਰ GST ਰਿਜ਼ੋਰਟ ਬਾਦਸ਼ਾਹਪੁਰ ਤਹਿਸੀਲ ਪਾਤਲਾ ਜ਼ਿਲ੍ਹਾ ਪਟਿਆਲਾ ਵਿਖੇ ਪਾਏ ਗਏ। ਇਹਨਾਂ ਦੇ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ਮਾਤਾ ਜੀ ਲਈ ਵਾਹਿਗੁਰੂ 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 ਭਾਈ ਪ੍ਰਾਪਤ ਮਨੁੱਖ ਦੇ ਹੋਈਆ ਵਾਹਿਗੁਰੂ 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 ਇੱਕ ਦਿਨ ਸੈ ਇੱਕ ਅਸਤਿਰ ਮਾਨ ਅਚਰਜ ਲਖਿਓ ਨਾ ਜਾਈ ਸਾਧੋ ਰਚਨਾ ਰਾਮ ਬਨਾਈ ਸਾਧੋ ਰਚਨਾ ਸਾਧੋ ਰਚਨਾ ਸਾਧੋ ਰਚਨਾ ਰਾਮ ਬਨਾਈ ਜੋਤੀ ਮੈਂ ਜੋ
करता
तेरे सब कुछ है जिस देने को पावे सदा सिख सलामत नाम मनुष्य नाम जिन के मन वसिया जुड़ो जी नानक सच्चे साहिब क्या नहीं पर तेरे सब नाम मेरा यादा लो लहा सच नाम यादा मेरा जिन पुत्ता सब गवाया कर शाम सुख मन आई बसिया जिन इच्छा सब पुजानिया सदा कुर्बान पिता गुरु भेटो जिस दिया ने बढ़िया सुनो संतो शब्द करो प्यारो सच्चा नाम धरो पंच पंच शब्द जित कर सपाके कर सपाके शब्द वाजे कलर जित कर तालिया पंच दूत तुम वास की देखाई कंठ कुमारिया तुझ कर्म पाया तुझ जिता से नाम हर के सुख हो तिपकर अनुवाजे मन सुनो बट पापियो सगल मनोरथ पूरे पार ब्रह्म ब्रह्म पाया उतरे सगल कसूरे दुख रोग संताप उतरे सोने सती माणे संत सजन प्रेम सरसे पूरे उनके जाने पवने गुरु पाणी पिता माता तरज महाता दिवस रात गुण करी दया खेल जग चंगियां बुरियां वच करम दूर करमी आपो आपणी तुद तक अरदास मारी जियो पिंड सब तेरा कहो नानक सब तेरी उड़ियाई कोई नाम ना जाने मेरा एक ओंकार वाहिगुरु जी की फतेह श्री भगवती जी सहाय वाह श्री भगवती जी की पातशाही दसवीं प्रथम भगवती सिमरत गुरु नानक ने ध्याए फिर अंत गुरु ते अरदास राम दास तैं हुई सहाय अर्जन हर गोबिंद सिमरो श्री हर राय श्री हर कृष्ण ध्याई है जिस पिठ है सब दुख जाए एक बहादुर सिमरै करण नितता वह ताए सब थाई हुए सहाय दसवीं पातशाह गुरु गोबिंद सिंह जी सब थाई हुए सहाय दसां पातशाहियां दी जो श्री गुरु ग्रंथ साहिब जी के पाठ दर का धन गुरु पातशाह जी बोलो रे ਪੰਜਾਂ ਪਿਆਰੇ ਰੰਗ ਨਾ ਪੁੰਗ ਹੁਕੀ ਵਾਰੀ ਆਪੂ ਆਪਣੀ ਕੋਈ ਨਾ ਬੰਧੇ ਧੀ ਤੇ ਮਾਂ ਵਾਕ ਅਨੁਸਾਰ ਜੇ ਹਾਚੀ ਲਿਖਿਆ ਤੇ ਹੱਥ ਮੁਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਤੇ ਮਾਂ ਵਾਕ ਅਨੁਸਾਰ ਸਤਿਗੁਰ ਜੀ ਆਪ ਦੀ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਮਾਤਾ ਗੁਰਮੀਤ ਕੌਰ ਜੀ ਬੀਤੇ ਸਮੇਂ ਵਿੱਚ ਪਾਤਸ਼ਾਹ ਜੀ ਆਪ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰਦੇ ਸੀ ਪਾਤਸ਼ਾਹ ਜੀ ਉਹਨਾਂ ਦੇ ਪਾਤਸ਼ਾਹ ਜੀ ਨੂੰ ਪਰਮਾਤਮਾ ਦਾ ਭਾਣਾ ਮੰਨਣ ਵਾਸਤੇ ਆਪ ਜੀ ਦਾ ਹੁਕਮ ਮੰਨਣ ਵਾਸਤੇ ਭਾਣੇ ਹਿੱਤ ਭਾਈ ਗੁਰਮੀਤ ਸਿੰਘ ਸਮੁੱਚੇ ਪਰਿਵਾਰ ਨੇ ਮਿਲ ਕੇ ਗਏ ਲਿਖੇ ਸਹਿਜ ਪਾਠਾਂ ਦੀ ਰੁਕਤਾ ਕਰਵਾਈ ਸੀ ਅੰਮ੍ਰਿਤ ਦੇ ਪੂਰ ਗਏ ਉਪਰੰਤ ਪਾਤਸ਼ਾਹ ਜੀ ਉਹ ਭਾਣੇ ਹਿੱਤ ਭਾਈ ਗੁਰਮੀਤ ਸਿੰਘ ਸਮੁੱਚੇ ਪਰਿਵਾਰ ਨੇ ਮਿਲ ਕੇ ਗ੍ਰਹਿ ਵਿਖੇ ਸਹਿਤ ਪਾਠਾਂ ਦੀ ਰੁਕਤਾ ਕਰਵਾਈ ਸੀ ਅੰਮ੍ਰਿਤ ਵੇਲੇ ਰੂਪ ਹੈ
ਉਪਰੰਤ ਪਾਤਸ਼ਾਹ ਜੀ ਦੇ ਪਟਾਲ ਵਿੱਚ ਗੁਰਮਤਿ ਸਮਾਗਮ ਹੋਏ, ਮਨੋਹਰ ਕੀਰਤ ਗੁਰਮਤਿ ਵਿਚਾਰਾਂ ਹੋਈਆਂ। ਪਾਤਸ਼ਾਹ ਜੀਓ ਆਈ ਸਮੁੱਚੀ ਸੰਗਤ ਦੀ ਅਰਦਾਸ ਬੇਨਤੀ, ਪਾਤਸ਼ਾਹ ਜੀ ਮਾਤਾ ਜੀ ਨੂੰ ਆਪਣੇ ਚਰਨ ਕਮਲਾਂ 'ਚ ਅਰਦਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣਾ, ਪਰਿਵਾਰ ਨੂੰ ਭਾਣੇ ਵਿੱਚ ਰੱਖਣਾ। ਪਾਤਸ਼ਾਹ ਜੀਓ ਗੁਰਕਾ ਦੇ ਸਿੱਖ ਪੜਦੇ ਸੰਦੇਸ਼ ਬਖ ਲਾਹੇਵੰਦ ਹੋਵਣ, ਨਾਮ ਨਾਮ ਚੜ੍ਹਦੇ ਜਦੋਂ ਕਿਤੇ ਬੁਲਾਵਾ ਆਉਂਦਾ ਉਹਦੇ ਵਿੱਚ ਇੱਕ ਵੀ ਛਿਣ ਇੱਕ ਪਲ ਜਿਹੜਾ ਉਹ ਅਦਾਰਾ ਨਹੀਂ ਮਿਲਦਾ। ਸੋ ਅੱਜ ਬਹੁਤ ਸਾਰੇ ਰਾਜਸੀ ਪਾਰਟੀਆਂ ਦੇ ਆਗੂ ਸਾਹਿਬਾਨ ਬੈਠੇ ਨੇ। ਪਾਤਸ਼ਾਹ ਜੀ ਨੇ ਬਾਣੀ ਵਿੱਚ ਦਰਜ ਕੀਤਾ ਹੈ, ਕਈ ਵਾਰ ਪਸਰਿਓ ਪਾਸਾ ਸਦਾ ਸਦਾ ਇੱਕ ਓਂਕਾਰ, ਕਈ ਵਾਰ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ ਅਤੇ ਕਈ ਵਾਰ ਖਤਮ ਕੀਤੀ ਹੈ। ਸੋ ਪਰਿਵਾਰ ਬਾਰੇ ਦਸ ਤੋਂ ਪਹਿਲਾਂ ਬੜੇ ਵਿਸਤਾਰ ਦੇ ਨਾਲ ਦੱਸ ਦਿੱਤਾ ਗਿਆ ਹੈ। ਸੋ ਬਾਬਾ ਪ੍ਰਸ਼ਾਦ ਸਿੰਘ ਜੀ ਨੇ ਜੋ ਕਿ ਨਹਿਰੀ ਮਹਿਕਮੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਸਰਵਿਸ ਕਰਦੇ ਸਨ, ਸੋ ਉਹਨਾਂ ਨੇ ਬਹੁਤ ਲੰਮਾ ਅਰਸਾ ਇਹਨਾਂ ਦੇ ਘਰ ਰਹਿ ਕੇ ਗੁਜ਼ਾਰਿਆ। ਸੋ ਪਰਿਵਾਰ ਨੇ ਵੀ ਉਹਨਾਂ ਦੀ ਬਹੁਤ ਵੱਡੀ ਸੇਵਾ ਕੀਤੀ। ਸੋ ਪਰਿਵਾਰ ਨੂੰ ਭਾਗ ਵੀ ਪਰਮੇਸ਼ਰ ਨੇ ਲਾਏ। ਸੋ ਅੱਜ ਉਹ ਗੁਰਦੁਆਰਾ ਹੈੱਡ ਦਰਬਾਰ ਸਾਹਿਬ ਦੇ ਮੁਖੀ ਹਨ। ਉਹਨਾਂ ਵੱਲੋਂ ਜੋ ਸੰਦੇਸ਼ ਪਹੁੰਚਿਆ ਰਾਈਸ ਮਿਲ ਐਸੋਸੀਏਸ਼ਨ ਉਹਨਾਂ ਦੇ ਸੁੱਖ ਸੰਦੇਸ਼ ਪਹੁੰਚੇ ਨੇ, ਮੈਂ ਮਾਫ਼ੀ ਚਾਹੁੰਦਾ। ਸਾਡੇ ਬਹੁਤ ਹੀ ਸਤਿਕਾਰਯੋਗ ਸਰ ਤਰਲੋਚਨ ਸਿੰਘ ਜੀ ਰੱਖੜਾ, ਸਰ ਕਰਮਜੀਤ ਸਿੰਘ ਜੀ ਰੱਖੜਾ, ਉਹ ਵੀ ਪਰਿਵਾਰ ਦੇ ਨਾਲ ਸੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ। ਉਹਨਾਂ ਸਾਰਿਆਂ ਦਾ ਧੰਨਵਾਦ, ਸਰ ਰਾਜ ਸਿੰਘ ਜੀ ਜੱਬਰ ਸਾਹਿਬ, ਸਰ ਕਾਰਜ ਸਿੰਘ ਜੀ ਸਰਪੰਚ ਸਾਹਿਬ, ਹੋਰ ਸਾਰੇ ਸਰ ਗੁਲਜਾਰ ਸਿੰਘ ਜੀ ਹਰਦੇੜੀ, ਸਾਰੇ ਸੱਜਣਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਮਨ ਮੂਰਖ ਅੱਜ ਹੋ ਨਹਿ ਸਮਝਤ ਹਾਰ ਗਏ। ਵਾਹਿਗੁਰੂ 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 ਵਾਹਿਗੁਰੂ
ਭਾਈ ਪ੍ਰਾਪਤ ਮਹੰਤ ਗੁਰਿਆ ਗੁਰੂ 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 ਇੱਥੇ ਮਿਲੀ ਹੈ ਭਾਈ ਪ੍ਰਾਪਤ ਮਹੰਤ ਗੁਰਿਆ ਗੋਬਿੰਦ ਮਿਲਣ ਦੀ ਇੱਥੇ ਹੋਈ ਹੈ ਸੰਸਾਰ ਦੇ ਮਿਲਣ ਝੂਠੇ ਇਹ ਗੋਬਿੰਦ ਦੀ ਮਿਲਣ ਦੀ ਵਾਰੀ ਹੈ ਦੇਖੀ ਕਿਤੇ ਨਾਮ ਹੈ ਅਵਰ ਕਾਲ ਦੇ ਕਿਤੇ ਨਾ ਕਾਮ ਵਾਹਿਗੁਰੂ ਵਾਹਿਗੁਰੂ ਗੋਬਿੰਦ ਨੂੰ ਮਿਲਣ ਦੀ ਸਿੱਧਾ ਰਸਤਾ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਵਾਹਿਗੁਰੂ 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 ਨਾਨਕ ਪਉ ਜਲ ਪਾਰ ਕਰੇ ਹੈ ਨਾਨਕ ਪਉ ਜਲ ਪਾਰ ਕਰੇ ਹੈ ਜੋ ਗਾਵੇ ਪ੍ਰਭ ਕੇ ਗੀਤ ਸਾਧੋ ਇੱਕ ਦਿਨ ਸੈ ਇੱਕ ਅਸਥਿਰ ਰਚਨਾ ਸਾਧੋ ਰਚਨਾ ਸਾਧੋ ਰਚਨਾ ਰਾਮ ਸੈ ਉੱਚੀ ਉੱਚੀ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਪਲਚੀ ਜਗ ਰਚਨਾ ਤੈਸੇ ਕਹੋ ਨਾਨਕ ਸੁਣ ਮੀਤ ਕਹੋ ਨਾਨਕ ਸੁਣ ਮੀਤ ਲਾ ਦੇ ਕਰਜ਼ਾ ਜਿਹੜਾ ਕਰਜ਼ਾ ਰੋਜ਼ ਲੈ ਰਹੇ ਹਨ 24,000 ਸਵਾਸ ਇੱਕ ਵਾਰੀ ਵੀ ਵਾਹਿਗੁਰੂ ਨੇ ਕਿਹਾ 24 ਘੰਟਿਆਂ 'ਚ ਆਖੋ ਸਤਨਾਮ ਚੜ੍ਹ ਗਿਆ ਕਰਜ਼ਾ ਇੱਕ ਵਾਰੀ ਵੀ ਕਹਿ ਦੇਗਾ ਤਾਂ ਵੀ ਉੱਤਰ ਜਾਏਗਾ ਕਿਨਕਾ ਇੱਕ ਜਿਸ ਜੀਵ ਸਾਹਿਬ ਹੈ ਤਾਂ ਕੀ ਮਹਿਮਾ ਗਣੀ ਇਹ ਤਾਂ ਇੱਕੋ ਹੀ ਬੜਾ ਇੱਕ ਨਹੀਂ ਦਰ ਦੇਣਾ ਇੱਕ ਨਹੀਂ ਲੜ ਲੱਗ ਜਾ ਸੰਗਤ ਲਈ ਵਾਹਿਗੁਰੂ ਸੰਗਤ ਦੇ ਭਲੇ ਲਈ ਵਾਹਿਗੁਰੂ ਭੇਡਾਂ ਬੱਕਰੀਆਂ ਕੀ ਗੱਜਣਗੀਆਂ ਹੋਈ ਤਾਂ ਸ਼ੇਰ ਹੀ ਗੱਜਦੇ ਹੋਏ ਮਹਾਰਾਜ ਨੇ ਸ਼ੇਰ ਬਣਾਏ ਆ ਸਿੰਘ ਬਣਾਏ ਆ ਤੇ ਗੱਜਣਾ ਤਾਂ ਪੂਰੀ ਇਸ ਕਰਕੇ ਅੰਦਰੋਂ ਗੱਜਣਾ ਅੰਦਰੋਂ ਬੋਲਣਾ ਰੋਮ ਰੋਮ ਬੋਲੇ ਗੁਰਮੁਖ ਰੋਮ ਰੋਮ ਹਰ ਧਿਆਵੈ ਰੋਮ ਰੋਮ ਚੋਂ ਵਾਗਾ ਕਿਹਾ ਸੀ ਸੱਚੇ ਪਾਤਸ਼ਾਹ ਭਾਈ ਨੰਦ ਲਾਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਕ ਮੰਗ ਕਹਿੰਦੇ ਤੂੰ ਤਾਂ ਕਦੇ ਕੁਝ ਮੰਗਿਆ ਨੀ ਆਖੋ ਜੀ ਸਤਨਾਮ ਅੱਜ ਮੰਗ ਕਿੱਥੋਂ ਆ ਗਈ ਨੰਦ ਲਾਲ ਅੱਗੇ ਤੂੰ ਕਹਿਣਾ ਉਹਨਾਂ ਮਹਾਰਾਜ ਮੈਨੂੰ ਤੂੰ ਕੋਈ ਚਾਹੀਦਾ ਕਹਿੰਦਾ ਸੱਚੇ ਪਾਤਸ਼ਾਹ ਤੇਰੇ ਕੋਲ ਆ ਕੇ ਮੰਗ ਪੈਦਾ ਹੋ ਗਈ ਇੱਕ ਪੈਦਾ ਨਹੀਂ ਸੀ ਇੱਥੇ ਆ ਕੇ ਹੁੰਦੀ ਹੈ ਮੰਗ ਪੈਦਾ ਇਹ ਘਰ ਨਹੀਂ ਹੁੰਦੀ ਸੰਗਤ ਦੇ ਜੋੜੇ ਝਾੜ ਕੇ ਮੰਗ ਪੈਦਾ ਹੁੰਦੀ ਹੈ ਇਹ ਭਾਂਡੇ ਮਾਂਝ ਕੇ ਮੰਗ ਪੈਦਾ ਹੁੰਦੀ ਹੈ ਐਵੇਂ ਨਹੀਂ ਹੁੰਦੀ ਕੀ ਕਹਿੰਦਾ ਜੇ ਤੁਠੇ ਹੋ ਨਾ ਮੇਰੇ ਤੇ ਖੁਸ਼ ਹੋ ਤਾਂ ਜੀਵ ਜੀਵ ਇੱਕ ਆ ਉਮਰ ਥੋੜੀ ਹੈ ਇਹ ਹੋਰ ਬੜਾ ਕੁਝ ਬੋਲੀ ਜਾਂਦੀ ਹੈ ਸਿਮਰਨ ਘੱਟ ਕਰਦੀ ਹੈ ਮੇਰੀ ਮੰਗ ਇਹ ਆ ਜਿੰਨੇ ਮੇਰੇ ਰੋਮ ਲੱਗੇ ਹੋਏ ਸਰੀਰ ਤੇ ਮੰਗ ਦੇਖੋ ਜਿੰਨੇ ਰੋਮ ਆ ਮੇਰੇ ਸਰੀਰ ਤੇ ਰੋਮ ਆ ਨਾ ਸਾਰੇ ਗਿਣਤੀਆਂ ਵੀ ਲਿਖੀਆਂ 9 ਕਰੋੜ ਵੀ ਲਿਖਿਆ 7 ਕਰੋੜ ਵੀ ਲਿਖਿਆ ਵੱਧ ਘੱਟ ਵੀ ਲਿਖਿਆ ਹਰ ਜਪਦੇ ਆ ਕਿਨ ਕਿਨ ਨਾ ਕੀ ਜੈ
ਬੰਦਗੀ ਪਾ ਦੇ ਕਹਿੰਦੇ ਆਖੋ ਸਤਨਾਮ ਇਹਨੂੰ ਤਾਂ ਜਵਾਬ ਦੇ ਨਹੀਂ ਸਕਦਾ ਦੁਨਿਆਵੀ ਗੱਲਾਂ ਦਾ ਜਵਾਬ ਦੇ ਦਿੰਦਾ ਬਾਬਾ ਕਹਿ ਦਿੰਦਾ ਤੇਰੇ ਤਾਂ ਸੱਤ ਜਨਮਾਂ 'ਚ ਨਹੀਂ ਲਿਖੀ ਹੋਈ ਔਲਾਦ ਕਿੱਥੋਂ ਦਵਾਂ ਆਖੋ ਜੀ ਸਤਨਾਮ ਛੇਵੇਂ ਪਾਤਸ਼ਾਹ ਕਹਿੰਦੇ ਸੁਲੱਖਣੀ ਤੇਰੇ ਤਾਂ ਸੱਤ ਜਨਮਾਂ 'ਚ ਔਲਾਦ ਨਹੀਂ ਲਿਖੀ ਮੈਂ ਕਿੱਥੋਂ ਦਵਾਂ ਦਿੱਤਾ ਜਵਾਬ ਜਿਹਨੇ ਬੰਦਗੀ ਮੰਗੀ ਉਹ ਨਹੀਂ ਥੱਲੇ ਮੁੜਿਆ ਆਖੋ ਜੀ ਸਤਨਾਮ ਲਾਇਕ ਔਲਾਦ ਬੰਦਗੀ ਮੰਗਦੀ ਆ ਉਹ ਗੰਦਗੀ ਨਹੀਂ ਮੰਗਦੀ ਦੁਨੀਆਂ ਦੇ ਚਮੇਲੇ ਗੰਦਗੀ ਔਰ ਕੀ ਹੈ ਉੱਡ ਕੇ ਧੋਏ ਬਾਂ ਦਸ ਬਾਲ ਤਨ ਵੀ ਸਰਵਣ ਤੀਸਾਂ ਕਾ ਸੁੰਦਰ ਕਹਾਵੇ ਚਾਲੀ ਸੀ ਪੁਰ ਹੋਏ ਪਚਾਸੀ ਪੱਗ ਕਿਸੈ ਸੱਠੀ ਕੇ ਬੁਢੇ ਪਾਵੇ ਲਾਂਘੇ ਸੱਠ ਐਵੇਂ ਲਾਂਘੇ ਸੱਤਰ ਕਾ ਮਤ ਹੀ ਬੋਲੋ ਸੱਤਰ ਕਾ ਹੁਣ ਮਾਤੇ ਹੀ ਹੋ ਗਿਆ ਤੂੰ ਤਾਂ ਮੁੰਡੇ ਕਹਿੰਦੇ ਬਾਪੂ ਚੁੱਪੀ ਰਹਿ ਕਰ ਆਖੋ ਜੀ ਸਤਨਾਮ ਹੁਣ ਤੇਰੀ ਵੀ ਚੱਲਣੀ ਬਾਣੀ ਐਵੇਂ ਨਹੀਂ ਸੱਤਰ ਕਾ ਮਤ ਹੀ ਬੋਲੋ ਸੱਤਰ ਕਾ ਮਤ ਹੀ ਪਤਾ ਨਹੀਂ ਪਹੁੰਚਾ ਮੈਂ ਨਹੀਂ ਪਹੁੰਚਾ ਮੈਂ ਸਤਨਾਮ ਦਾ ਵੀ ਕਿਹੜਾ ਪਤਾ ਅਸੀਆਂ ਕਾ ਵਿਵਹਾਰ ਨਾ ਪਾਵੇ ਬੋਲੋ ਅਸੀਆਂ ਕਾ ਸਹਿਜ ਆਸਣੀ ਲੱਗਿਆ ਹੁਣ ਆਸਣ ਮੰਜੇ ਤੇ ਨਹੀਂ ਪੁੱਛਦਾ ਕੋਈ ਆਵਾਜ਼ ਮਾਰੀ ਪੁੱਤਰਾ ਪਾਣੀ ਦੇ ਦੇ ਕਹਿੰਦੇ ਤੂੰ ਖੇਡ ਜਾਣਾ ਆਖੋ ਜੀ ਸਤਨਾਮ ਕੇਅਰ ਰੋਟੀ ਦੇ ਦੇ ਤਾਂ ਹਲਵਾਉਣਾ ਠਹਿਰ ਕੇ ਖਾਣੀ ਹੁਣ ਆਤਮਾ ਕੋਸਦੀ ਆ ਆਪਣੇ ਆਪ ਨੂੰ ਕਿਸੇ ਨੂੰ ਨਹੀਂ ਕੋਸਦੀ ਜਵਾਨੀ ਹੁਣ ਲੱਭਦਾ ਤਾਕਤ ਹੁਣ ਲੱਭਦਾ ਰੋਸ਼ਨੀ ਅੱਖਾਂ ਦੀ ਲੱਭਣੀ ਨਹੀਂ ਕੰਡੋਲ ਮਟੂੰਡ ਮੰਡੀ ਮੈਂ ਇਹ ਨਾਨਕ ਇਹ ਜਗ ਤੂੰ ਕਾ ਤਵਲ ਮਾਰੂ ਉੜ ਗਿਆ ਤੂੰ ਮਾਂ ਸਾਰਾ ਕੁਛ ਬਚਪਨ ਚਲਾ ਗਿਆ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਉੜ ਗਿਆ ਧੂੰਆਂ ਹੁਣ ਕਹਿ ਸਕਦਾ ਮੇਰਾ ਬਚਪਨ ਕਿਵੇਂ ਉੜ ਗਿਆ ਉਹ ਕਹਿੰਦਾ ਬਸ ਯਾਦਾਂ 'ਚ ਉੜ ਗਏ ਜਵਾਨੀ ਕਿਵੇਂ ਉੜ ਗਈ ਧੂਏ 'ਚ ਉੜ ਗਈ ਬੁਢੇਪਾ ਬੱਚਾ ਕੀ ਜਾਣੇ ਜਵਾਨੀ ਕੀ ਹੁੰਦੀ ਹੈ ਤਾਕੋ ਜਿਸਾ ਤਸਕੀਰ ਜੀ ਦੇ ਬਚਨ ਇੱਕ ਬੱਚਾ ਕੀ ਜਾਣਦਾ ਕਿ ਜਵਾਨੀ ਕੀ ਹੈ ਉਹਦੀਆਂ ਜ਼ਰੂਰਤਾਂ ਕੀ ਹੈ ਜਵਾਨੀ ਦੀਆਂ ਇੱਕ ਜਵਾਨ ਕੀ ਜਾਣਦਾ ਬੁਢੇਪਾ ਕੀ ਹੁੰਦਾ ਬੁਢੇਪੇ 'ਚ ਕੀ ਅਵਸਥਾ ਹੁੰਦੀ ਹੈ ਜਵਾਨ ਬੰਦਾ ਕੀ ਜਾਣਦਾ ਇੱਕ ਬੁੱਢਾ ਕੀ ਜਾਣਦਾ ਮੌਤ ਕੀ ਹੁੰਦੀ ਆ ਉਹ ਤੁਹਾਨੂੰ ਮਰ ਕੀ ਪਤਾ ਲੱਗੇਗਾ ਕੋ ਜੀ ਸਤਨਾਮ ਕਵੀ ਮਰਦਾ ਮਰਦਾ ਬਾਕੀ ਤਾਂ ਰੋਂਦੇ ਆ ਮੈਂ ਮਰ ਨਾ ਜਾਵਾਂ ਤਾਂ ਮਾਰਦੇ ਆ ਡਾਕਟਰ ਕੋਲ ਜਾਂਦੇ ਆ ਡਾਕਟਰ ਸਾਹਿਬ ਦਿਓ ਦਵਾਈ ਮੈਂ ਛੇਤੀ ਨਾ ਮਰਾਂ ਆਖੋ ਜੀ ਸਤਨਾਮ ਮੈਂ ਚੜ੍ਹਦੀ ਕਲਾ 'ਚ ਰਵਾਂ ਮੈਂ ਠੀਕ ਠਾਕ ਰਵਾਂ ਮੈਂ ਹਾਲੇ ਲੰਮੀ ਉਮਰ ਭੋਗਣੀ ਚਾਹੁੰਦਾ ਬੜੇ ਅਮੀਰ ਜਾਂਦੇ ਆ ਡਾਕਟਰਾਂ ਕੋਲ ਇੱਕ ਅਮੈਰੀਕਾ ਦੇ ਡਾਕਟਰ ਸਾਨੂੰ ਮਿਲੇ ਬੜੇ ਹੀ ਸੂਝਵਾਨ ਗੁਰਮੁਖ ਬੰਦੇ ਸੀ ਗੁਰਸਿੱਖ ਕਹਿੰਦਾ ਗਿਆਨੀ ਜੀ ਤੁਹਾਡੇ ਲਈ ਕਿੱਥੇ ਹੋ ਸਕਦੀ ਹੈ ਬੈਤ ਮੂਆ ਰੋਗੀ ਮੂਆ ਮੇਰੇ ਕੋਲ ਬਣੀ ਹੈ ਕਹਿੰਦਾ ਦਵਾਈ ਤਾਂ ਜਿੱਦਣ ਮੇਰੀ ਆ ਗਈ ਮੇਰੀ ਦਵਾਈ ਬਣੀ ਚੱਲਣੀ ਆਖੋ ਜੀ ਸਤਨਾਮ ਵਾਹਿਗੁਰੂ ਬੈਤ ਮੂਆ ਰੋਗੀ ਮੂਆ ਬੋਲੋ ਬੈਤ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਮੂਆ ਸਭ ਸੰਸਾਰ ਡਾਕਟਰ ਸਾਹਿਬ ਕਹਿੰਦੇ ਮੈਂ ਕਹਿ ਦਿੰਦਾ ਵੀ ਹੈਗੀ ਦਵਾਈ ਕਿਹੜੀ
ਕੱਲਾ ਇੱਥੇ ਨਹੀਂ ਯਾਦ ਰੱਖਣਾ, ਬਾਹਰ ਵੀ ਯਾਦ ਰੱਖਣਾ, ਆਖੋ ਜੀ ਸਤਨਾਮ ਹਰ ਸਮੇਂ ਯਾਦ ਰੱਖਣਾ, ਖਾਣਾ ਪੀਣਾ ਹੱਸਣਾ ਸੋਣਾ, ਬੋਲੋ ਖਾਣਾ ਪੀਣਾ ਹੱਸਣਾ ਸੋਣਾ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਮਰਨਾ, ਬਸ ਆ ਇੱਥੇ ਯਾਦ ਆਉਂਦਾ ਮਰਨਾ, ਮੌਤ ਨੂੰ ਕਬੂਲ ਕਰੋ। ਜਿਹੜੇ ਮੌਤ ਨੂੰ ਕਬੂਲ ਕਰਦੇ ਹੋ, ਕਿਸੇ ਨਾਲ ਧੋਖਾ ਨਹੀਂ ਕਰਦੇ, ਠੱਗੀ ਨਹੀਂ ਕਰਦੇ, ਹੱਕ ਨਹੀਂ ਖੋਹਦੇ, ਵੰਡਦੇ ਫਿਰਦੇ ਹੋ, ਤਾਂ ਆਖੋ ਜੀ ਸਤਨਾਮ। ਜਿਹਦੇ ਨੂੰ ਮੌਤ ਕਬੂਲ ਕੀਤੀ, ਸੱਜਣ ਠੱਗ ਨੇ ਨਾ ਵੰਡਣ ਲੱਗਿਆ, ਵਾਹਿਗੁਰੂ ਸਿੰਘ ਸਿੰਘ ਆਖੋ ਜੀ ਸਤਨਾਮ। ਸਾਰੀ ਸੰਗਤ ਨੂੰ ਮਾਤਾਵਾਂ ਭੈਣਾਂ ਬੀਬੀਆਂ ਬੇਟੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮਨਾਮੇ ਤੋਂ ਬਿਨਾਂ ਕਿਸੇ ਦਾ ਰੱਖਿਆ ਹੋਇਆ ਨਾਮ ਨਾ ਰੱਖਿਓ। ਭਾਵੇਂ ਕੋਈ ਸੰਤ ਆ, ਭਾਵੇਂ ਕੋਈ ਮਰਜ਼ੀ ਹੈ, ਇਹ ਤੋਂ ਵੱਡਾ ਨਹੀਂ ਹੈ ਕੋਈ। ਤਾਂ ਹੀ ਤਾਂ ਰੋਜ਼ ਪੜ੍ਹਦੇ ਹਾਂ, ਆਗਿਆ ਪਈ ਅਕਾਲ ਕੀ, ਸਾਰੇ ਬੋਲੋ ਸਾਰੇ, ਆਗਿਆ ਪਈ ਅਕਾਲ ਕੀ, ਬੂਝ ਕੇ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ, ਗੁਰੂ ਮਾਨਿਓ, ਕਿਵੇਂ ਮੰਨਣਾ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ, ਮੇਰੇ ਗੁਰੂ ਆਇਆ ਨਾ ਰੱਖਣ, ਦਸੇ ਪਾਤਸ਼ਾਹ ਹੀ ਆਇਆ ਨਾ ਰੱਖਣ, ਤੋ ਕੱਚਾ ਪਿਤਾ ਨਹੀਂ ਆਇਆ, ਜਦ ਇਹ ਨਾ ਰੱਖਣਗੇ ਤੁਹਾਡੇ ਵੀ ਬੱਚੇ ਤੁਹਾਡਾ ਨਾਂ ਰੋਸ਼ਨ ਕਰਨਗੇ। ਆਖੋ ਜੀ ਸਤਨਾਮ, ਰਹਿਣ ਤਾਂ ਲਿਆ ਕਰੋ, ਝੋਲੇ ਅੱਡਿਆ ਕਰੋ, ਬਖਸ਼ਿਆਂ ਜੀ ਤੋਂ ਝੋਲੀਆਂ ਅੱਡੀਆਂ, ਉਦੋਂ ਨਾਂ ਰਖਾਉਣਾ, ਹੋਰ ਨਹੀਂ ਕਿਸੇ ਦਾ ਰਖਾਉਣਾ। ਮਹਾਰਾਜ ਦਾ ਹੁਕਮਨਾਮਾ ਲੈ ਕੇ ਪਹਿਲਾ ਅੱਖਰ ਜਿਹੜਾ ਆ ਜਾਏ ਉਹਤੇ ਨਾਂ ਰੱਖੋ ਜਿਹੜਾ ਮਰਜ਼ੀ, ਅਰਦਾਸ ਕਰਾਓ ਬਸ, ਜੇ ਰੱਖਿਆ ਗਿਆ ਮੁੜ ਕੇ ਬਦਲੂ ਬਣਨੀ। ਇਹ ਬੇਨਤੀ ਮਾਤਾਵਾਂ ਨੂੰ ਖਾਸ ਕਰਕੇ, ਇਹੋ ਜਿਹੇ ਨਾਂ ਰੱਖੋ ਜਿਹੜੇ ਗੁਰਮਤ ਦੇ ਅਧੀਨ ਹੋਣ, ਸਭ ਨੂੰ ਪਿਆਰੇ ਲੱਗਣ, ਸਭ ਨੂੰ ਪਿਆਰੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ, ਜਿਹੜਾ ਮਹਾਰਾਜ ਨੇ ਪਿਆਰਾ ਨਾਂ ਰੱਖਤਾ ਸਾਰਿਆਂ ਨੂੰ ਪਿਆਰਾ ਲੱਗੇਗਾ। ਆਖੋ ਜੀ ਸਤਨਾਮ। ਆਓ ਰੂਹ ਜਿਹੜੀ ਹੈ ਚਲੀ ਜਾਂਦੀ ਹੈ, ਯਾਦਾਂ ਰਹਿ ਜਾਂਦੀਆਂ, ਪਵਨ ਨਹੀਂ ਨੇ ਪਵਨ ਸਮਾਇਆ, ਜੋਤੀ ਨੇ ਮਾਂ ਦੇਣੀ ਹੈ, ਜਿਹਨੇ ਸਾਡਾ ਪਵਨ ਪੁੱਤਰ ਲਿਖਦੇ ਹੋਏ ਬੱਚੇ ਨੂੰ ਚੁੱਪ ਲੈਂਦੀ ਹੈ, ਕੋਈ ਲਿਖਦੇ ਮਾਂ ਬਾਪ ਨੂੰ ਪੁੱਤ ਚੁੱਕੇ ਦਿਖਾਵੇ, ਆਖੋ ਜੀ ਸਤਨਾਮ। ਫਿਰ ਲੱਗਦਾ ਪਤਾ ਰਿਜਲਟ ਕੀ ਹੈ, ਅਸੀਂ ਕਰਜ਼ਾਈ ਹਾਂ ਮਾਂ ਬਾਪ ਦੇ, ਇਹ ਕਰਜ਼ਾ ਨਹੀਂ ਉਤਰਨਾ। ਜਿਹੜਾ ਸੇਵਾ ਕਰੇਗਾ ਉਹ ਅਸੀਸ ਲੈ ਜਾਏਗਾ, ਜਿਹੜਾ ਸੇਵਾ ਤੋਂ ਵਾਂਝਾ ਰਹਿ ਗਿਆ ਉਹ ਬਾਦਵਾ ਲੈਂਦਾ, ਬਾਦਵਾ ਜੋਦੇ। ਆਓ ਇਹ ਸ਼ਬਦ ਗਾਈਏ, ਕੋਈ ਰਸਨਾ ਬੰਦ ਨਹੀਂ। ਗਾਓ ਸਾਰੇ, ਮਾਟੀ ਮਾਟੀ
ਛੱਡੋ। ਵਾਹਿਗੁਰੂ 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 ਰੋਮ ਰੋਮ ਚੋਂ ਵਾਹਿਗੁਰੂ ਵਾਹਿਗੁਰੂ ਬੋਲੋ ਸਾਰੇ ਵਾਹਿਗੁਰੂ 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 ਮਿਲਣਾ ਮਾਤਾ ਜੀ ਨੇ ਵਾਹਿਗੁਰੂ 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 ਇੱਕ ਹੋ ਕੇ ਸਾਰੇ ਵਾਹਿਗੁਰੂ 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 ਕੋਈ ਗੈਰ ਹਾਜ਼ਰ ਨਾ ਰਹੇ ਵਾਹਿਗੁਰੂ 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 ਪਰਿਵਾਰ ਦੇ ਸਾਰੇ ਵਾਹਿਗੁਰੂ 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 ਭਾਂਡਾ ਬੈਠਾ ਹੈ ਤੋੜੋ ਵਾਹਿਗੁਰੂ ਵਾਹਿਗੁਰੂ ਬਹੁਤਾ ਵਾਹਿਗੁਰੂ ਸਹੀ ਹੱਥ ਪੈਰ ਤੱਕ ਦੇ ਵਾਹਿਗੁਰੂ ਵਾਹਿਗੁਰੂ ਪਾਣੀ ਪੁੱਤਰ ਪੁੱਤਰ ਸਿੱਖੇ ਵਾਹਿਗੁਰੂ ਵਾਹਿਗੁਰੂ ਮੋਤ ਪਲੇਤੀ ਕਪੂਰ ਹੋਏ ਵਾਹਿਗੁਰੂ 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 ਦੇ ਸਾਬਣ ਲਈਏ ਉਹ ਧੋਏ ਤੋੜੋ ਵਾਹਿਗੁਰੂ ਵਾਹਿਗੁਰੂ ਅੰਦਰ ਮਾਲਾ ਬਣਾ ਲਓ ਸਿਮਰਨ ਦੀ ਵਾਹਿਗੁਰੂ ਮੇਰਾ ਮੁਝ ਮੈਂ
ਕਰਜ਼ਾ ਕੋਈ ਦੁਨੀਆਂ 'ਚ ਨਹੀਂ ਲਾ ਸਕਿਆ।
ਸਲਾਮਤੇ ਨਾਮ ਮਨੋ ਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਜਬ ਜੁੜੋ ਜੀ ਨਾਨਕ ਸੱਚੇ ਸਾਧ ਕਿਆ ਨਹੀਂ ਕਰਦੇ ਰਹਿ ਸਤ ਨਾਮ ਮੇਰਾ ਤਾਰਾ ਲਓ ਲਹਾ ਸਾਚ ਨਾਮ ਆਧਾਰ ਮੇਰਾ ਜਿਨ ਪੁੱਤਾਂ ਦਾ ਪ੍ਰਵਾਹ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਪਿਤਾ ਭੇਟੋ ਜਿਸ ਦੀਆਂ ਏ ਵਡਿਆਈਆਂ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਅਧਰੋ ਬਖੇ ਪੰਜ ਸ਼ਬਦ ਜਿਤ ਕਰਸ ਪਾਕੇ ਕਰਸ ਪਾਕੇ ਸ਼ਬਦ ਵਾਜੇ ਕਲਾ ਜਿਤ ਕਰਤਾ ਨਾਮ ਧਿਆਇਆ ਹਰੀ ਫਤਿਹ ਕੇ ਜਾਈਏ ਅਰਦਾਸ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਦਾਸ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਦੇਵ ਧਿਆਏ ਫਿਰ ਅੰਤ ਗੁਰ ਤਿਆਂ ਅਰਦਾਸ ਨਾਮ ਦੱਸਦੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਪਿੱਠੈ ਸਭ ਦੁੱਖ ਜਾਏ ਏ ਬਹਾਦੁਰ ਸਿਮਰੈ ਕਰਨੋ ਨਿਤਾ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧੰਨ ਕੀ ਪਾਤਸ਼ਾਹ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸੋਸਾਂ ਸੰਗ ਨਿਭਾਈ ਤਿੰਨਾਂ ਦੀ ਨੇਕ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੇ ਪ੍ਰਥਮੇ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਤ ਤਾਂ ਤਾਂ ਰਚਿਆ ਜੀ ਰਹੇ ਦੇਖ ਦੇਖ ਫਤਿਹ ਬਿਰਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੂੰਗੇ ਯੁਗ ਯੁਗ ਕਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਚੀ ਮਤ ਦੇ ਰਾਖੀ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਰਬਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੀ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓ ਨਿਆਸਰਿਆਂ ਦੇ ਆਸਰੇ ਵਾਹਿਗੁਰੂ ਜੀ ਰੰਗ ਨਾ ਪੁੰਗ ਹੁਕੀ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਤੇ ਮਾਂ ਬਾਪ ਅਨੁਸਾਰ ਜੇ ਹਾ ਚੀਰੀ ਲਿਖਿਆ ਤੇ ਹਰ ਪੁੰਕ ਮਾਹੇ ਘੱਲੇ ਆਮ ਹੈ ਨਾਨਕਾ ਸੱਦੇ ਉੱਠੀ ਜਾਂ ਤੇ ਮਾਂ ਬਾਪ ਅਨੁਸਾਰ ਸਕੂਲ ਜੀ ਆਪ ਜੀ ਦੀ ਭਾਣਾ ਮੰਨਣ ਵਾਸਤੇ ਆਪ ਜੀ ਦਾ ਹੁਕਮ ਮੰਨਣ ਵਾਸਤੇ ਭਾਣੇ ਹਿੱਤ ਭਾਈ ਗੁਰਵੀਰ ਸਿੰਘ ਸਮੁੱਚੇ ਪਰਿਵਾਰ ਨੇ ਮਿਲ ਕੇ ਰਹਿ ਵਿਖੇ ਸਹਿਤ ਪਾਠਾਂ ਦੀ ਅਰੰਭਤਾ ਕਰਵਾਈ ਅੰਮ੍ਰਿਤ ਵੇਲੇ ਹੋ ਗਏ ਉਪਰੰਤ ਪਾਤਸ਼ਾਹ ਜੀਓ ਇਹ ਪਟਾਰ ਵਿੱਚ ਗੁਰਮਤਿ ਸਮਾਗਮ ਹੋਏ ਮਨੋਹਰ ਕੀਰਤ ਗੁਰਮਤਿ ਵਿਚਾਰਾਂ ਹੋਈਆਂ ਪਾਤਸ਼ਾਹ ਜੀਓ ਆਈ ਸਮੁੱਚੀ ਸੰਗਤ ਦੀ ਅਰਦਾਸ ਬੇਨਤੀ ਪਾਤਸ਼ਾਹ ਜੀ ਨੂੰ ਮਾਤਾ ਜੀ ਨੂੰ ਆਪਣੇ ਚਰਨ ਕਮਲਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨ ਦਾ ਬਖਸ਼ਣਾ ਪਰਿਵਾਰ ਨੂੰ ਭਾਣੇ 'ਚ ਰੱਖਣਾ ਪਾਤਸ਼ਾਹ ਜੀਓ
ਇਸੇ ਹੀ ਸਮੇਂ 'ਤੇ ਬਖਸ਼ੀਆਂ ਹੋਈਆਂ ਆਦਿ ਦੀਆਂ ਦਾਤਾਂ ਵਿੱਚੋਂ ਪਰਿਵਾਰ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਕੇ ਦਰ ਪ੍ਰਵਾਨ ਹੋਵੇ, ਪ੍ਰਵਾਨੀ ਹੋਈ ਦੇ ਸੰਗਤਾਂ 'ਚ ਵਰਤਾਉਣ ਦੀ ਆਗਿਆ ਹੋਵੇ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਅਤੇ ਤਿਰਪ ਘਟਾਵਾਂ ਦਰ ਪ੍ਰਵਾਨ ਕਰਨੀਆਂ, ਆਪਣੇ ਘਰੋਂ ਘਰੋਂ ਨਾਮ ਦਾਨ ਇਸ਼ਨਾਨ ਸਿੱਖੀ ਸਿਰ ਭਰੋਸਾ ਬਖਸ਼ਣਾ, ਬਾਣੀ ਪਾਣੀ ਵਾਲਾ ਜੀਵਨ ਬਖਸ਼ ਕਰਨਾ। ਸਤਿਗੁਰੂ ਜੀ ਕਰੋ ਕਿਰਪਾ, ਸਤਿਗੁਰੂ ਜੀ ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨਿਹਾਲ ਕਰੋ। ਸਹੀ ਗੁਰੂ ਪਿਆਰੇ ਮੇਲੋ, ਇਹਨਾਂ ਬਿਆਂ ਤੇਰਾ ਨਾਮ ਕਿਰਪਾ ਦੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੇ ਦੁਖਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭੂ ਮਿਲ ਦਰਸ਼ਨ ਪਿਆਸੀ ਦਿਨ ਸਰਾਤ, ਛਿਤਮੋ ਪਾਣ ਦਿਨ ਨੀਤ, ਕਪਟ ਉਰ ਮੇਲੀਆ, ਨਾਨਕ ਹਰ ਸੰਗ ਮੀਤ। ਸਤਨਾਮ ਸ਼੍ਰੀ ਮਹੱਲਾ ਪਹਿਲਾ, ਸੁਖੀ ਕਰੇ ਪਸਾਉ, ਦੁੱਖ ਵਿਸਾਰ ਸੀ, ਸਾਹਿਬ ਨਗਰ ਜਿਸ ਕੰਨੇ ਆਣੇ ਆਪ, ਜਿਸ ਨਾਹੀ ਦੂਜਾ ਮਤ ਹੈ ਕੋਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਇਆ ਨੇ, ਬਹੁਤ ਹੀ ਰੱਬ ਭੰਡਾ ਬਰਾਕਮਾਈ ਕੀਰਤਨ ਕਰਕੇ ਆਪ ਸਾਰੀਆਂ ਸੰਗਤਾਂ ਨੂੰ ਸਰਨਾ ਕਰਾਇਆ। ਸਹੁਰੇ ਘਰ ਦਰਸਾਈ ਹੈ ਕਿ ਮਾਓ ਅਤੇ ਘਾਟਾ ਰਸਾਈ, ਜਿਸ ਸੈਮ ਸਮੇਂ ਦੇ ਵਿੱਚ ਬਾਪੂ ਚੰਨਣ ਸਿੰਘ ਨੇ ਇਸ ਇਲਾਕੇ ਦੇ ਵਿੱਚ ਤਰੱਕੀ ਕੀਤੀ, ਉਸ ਸਮੇਂ ਮੇਰਾ ਖਿਆਲ ਇਸ ਸਾਡੇ ਨੇੜੇ ਨੇੜੇ ਜ਼ਿਲ੍ਹਿਆਂ ਦੇ ਵਿੱਚ ਕਦੇ ਕੋਈ ਐਸਾ ਵੱਡਾ ਕਿਸਾਨ ਔਰ ਐਡਾ ਤਰੱਕੀਦਾਰ ਔਰ ਐਡਾ ਸੂਝਵਾਨ ਸੋਚ ਚੰਗੀ ਸੋਚ ਰੱਖਣ ਵਾਲਾ ਵਿਰਲੇ ਵਿਰਲੇ ਇਨਸਾਨ ਸੀ ਜਿਹੜੇ ਉਹ ਇਸ ਇਲਾਕੇ ਦੇ ਵਿੱਚ ਸੀ। ਉਹਨਾਂ 'ਚ ਬਾਪੂ ਚੰਨਣ ਸਿੰਘ ਸਾਰਿਆਂ ਦਾ ਮੁਖੀ ਕਿਸਾਨ ਕਹਿ ਸਕਦੇ ਹਾਂ। ਸਵੈਸੀ ਮਾਤਾ ਦੇ ਵਿਛੋੜੇ 'ਤੇ ਸਿਰਫ ਅਫਸੋਸ ਹੀ ਪ੍ਰਗਟ ਕਰ ਸਕਦੇ ਹਾਂ ਔਰ ਦੁੱਖ ਮਿਲ ਸਕਦੇ ਹਾਂ ਕਿ ਅਜੇ ਹੋਰ ਲੰਮਾ ਸਮਾਂ ਪਰਿਵਾਰ ਦੇ ਵਿੱਚ ਬੈਠੇ ਰਹਿੰਦੇ, ਪਰਿਵਾਰ ਦੇ ਸੁੱਖ ਨੂੰ ਪਰਿਵਾਰ ਦੇ ਖੁਸ਼ੀਆਂ ਨੂੰ ਹੋਰ ਮਾਣ ਸਕਦੇ। ਲੇਕਿਨ ਪਰਮਾਤਮਾ ਦੀ ਮਰਜ਼ੀ ਅਨੁਸਾਰ ਜਦੋਂ ਕਦੇ ਬੁਲਾਵਾ ਆਉਂਦਾ, ਉਹਦੇ ਵਿੱਚ ਇੱਕ ਵੀ ਛਿਣ ਇੱਕ ਪਲ ਜਿਹੜਾ ਉਹ ਉਧਾਰਾ ਨਹੀਂ ਮਿਲਦਾ। ਸੋ ਅੱਜ ਬਹੁਤ ਸਾਰੇ ਰਾਜਸੀ ਪਾਰਟੀਆਂ ਦੇ ਆਗੂ ਸਾਹਿਬਾਨ ਬੈਠੇ ਨੇ, ਬਲਾਕ ਸਮਿਤੀ ਦੇ ਚੇਅਰਮੈਨ ਸਰ ਸੁਖਵਿੰਦਰ ਸਿੰਘ ਜੀ ਬਰਾੜ ਸਾਹਿਬ ਤੋਂ, ਸਾਡੇ ਬਹੁਤ ਸਤਿਕਾਰਯੋਗ ਰੋਪੜ ਤੋਂ ਬਾਬਾ ਅਵਤਾਰ ਸਿੰਘ ਜੀ ਪਹੁੰਚੇ ਨੇ, ਪਰਿਵਾਰ ਨਾਲ ਹਾਜ਼ਰੀ ਲਵਾ ਕੇ ਗਏ ਨੇ, ਸਰ ਹਰਕਿਸ਼ਨ ਸਿੰਘ ਜੀ ਉਗੋ ਕੇ, ਸਰ ਬੂਟਾ ਸਿੰਘ ਜੀ ਹਰਿਆਣਾ ਸਟੇਟ ਤੋਂ ਬਹੁਤ ਵੱਡੇ ਕਿਸਾਨ ਨੇ ਜੋ ਐਨਐਲਓ ਪਾਰਟੀ ਦੇ ਸਿਰਕਟ ਆਗੂ ਨੇ, ਉਹ ਵੀ ਲੁੱਕੀ ਵਾਲੇ ਇੱਥੇ ਬੈਠੇ ਨੇ, ਸਰ ਅਮਰਜੀਤ ਸਿੰਘ ਗੋਇਲ ਜੋ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਮਿੱਤਰ ਨੇ ਅੰਬਾਲਾ ਤੋਂ ਆਏ ਨੇ, ਸਰ ਜੋਰਾ ਸਿੰਘ ਜੀ ਇਸ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨੇ, ਸਰ ਜੋਰਾ ਸਿੰਘ ਜੀ ਜੈਨਪੁਰ, ਉਹ ਵੀ ਇਸ
दुख की घड़ी जिस परिवार के बैठे ने साडे सत्कार योग सर जविंदर सिंह जी मल्ली रिटायर पंजाब पुलिस अफसर वह भी साडे विच बैठे ने बाबा अवतार सिंह जी रंधावा सर इंद्र सिंह इंद्र मोहन सिंह जी एक्साइज एंड टैक्सेशन कमिश्नर वह भी साडे विच पहुंचे ने चार सर अमरजीत सिंह जी पांजरा सर परमजीत सिंह जी पड़तार सर गुरबाज सिंह जी सियोना जो कांग्रेस पार्टी के बहुत ही सीनियर आगू ने सर्कल प्रधान भी ने सर सुखदेव सिंह जी रुकी सर हरभजन सिंह जी मुटर श्री गुरु ग्रंथ साहब की हजूरी जुड़ी हुई गुरु रूप साध संगत जी दास वालों संत बाबा खुशहाल सिंह जी वालों सारिया सिख संगत निम्रता सहित बड़े सत्कार के नाल बड़े अदब के नाल वाहेगुरु जी का खालसा वाहेगुरु जी की फतेह। जिस कला द्वारा परमेश्वर इस सृष्टि को सदा नवा नरवा रखता है उस कला का नाम है मौत। जिस तरह आउन दे नाल खुशी प्रदान होती है ते जान दे नाल गुरु पातशाह जी ने बाणी दर्ज किया है कई बार पसरियो पासा सदा सदा एक ओंकार। कई बार परमेश्वर ने सृष्टि बनाई है ते कई बार खत्म कीती है। सो परिवार बारे दस तो पहला बड़े विस्तार दे नाल दस दिता गया है। सो बाबा खुशहाल सिंह जी ने जो कि नहरी महकमे दे विच इस इलाके दे सर्विस करदे सन सो उन्होंने बहुत लंबा अरसा इन्हों के घर रह के गुजारिया। सो परिवार ने भी उन्होंने बहुत वड्डी सेवा सेवा की। सो परिवार को भाग भी परमेश्वर ने लाए। सो अज गुरुद्वारा हेड दरबार साहब के मुखी हैं। सो उन्होंने घालना जो उन्होंने नौकरी दौरान की बाणी पाणी 24 घंटे परिवार के रहना परिवार ने भी लगे वालों जो संदेश पहुंचे राइस मिल एसोसीएशन बादशाहपुर राइस एसोसीएशन उन्होंने सुख संदेश पहुंचे ने मैं माफी चाहना साढ़े बहुत ही सत्कार जो सर तरलोचन सिंह जी रखड़ा सर करमजीत सिंह जी रखड़ा वो भी परिवार को सुख साझा करने वास्ते पहुंचे ने उन्होंने सारे सलवान सर राज सिंह जी जब्बर साहब सर कार सिंह जी सरपंच साहब होर सारे सर गुलजार सिंह जी हरदेड़ी सारे सज्जनों का परिवार वालों बहुत बहुत धन्यवाद।